ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਤਵਿੰਦਰ ਕੌਰ ਹੈ ਫਰੋਮ ਵਿਲੇਜ ਗੂੜੇ ਮੇਰਾ ਜੈ ਫਿਨਲੈਂਡ ਦਾ ਵੀਜ਼ਾ ਆਇਆ ਜਿਸ ਕਰਕੇ ਮੈਂ ਬਹੁਤ ਹੈਪੀ ਹਾਂ ਔਰ ਇਹ ਸਿਰਫ ਬਿਨ ਯਰ ਇੰਗਲਿਸ਼ ਦੀ ਬਦੌਲਤ ਹੀ ਆਇਆ ਹੈ ਔਰ ਮੈਨੂੰ ਇਹ ਮੇਰੇ ਕਜ਼ਨ ਨੇ ਰეკਮੈਂਡ ਕੀਤਾ ਸੀ ਇਸ ਤੋਂ ਪਹਿਲਾਂ ਅਸੀਂ ਚੰਡੀਗੜ੍ਹ ਤੋਂ ਆਪਣੀ ਫਾਈਲ ਅਪਲਾਈ ਕੀਤੀ ਸੀ ਕੈਨੇਡਾ ਦੀ ਉਹਨਾਂ ਨੇ ਸਾਡੇ ਤੋਂ ਪਹਿਲਾਂ ਹੀ 20 ਲੱਖ ਰੁਪਏ ਲੈ ਲਿਆ ਔਰ ਸਾਡੇ ਕਾਫੀ ਪੈਸੇ ਉਹਦੇ ਵਿੱਚ ਖਰਾਬ ਹੋਏ ਤੇ ਫਿਰ ਸਾਨੂੰ ਮੇਰੇ ਕਜ਼ਨ ਨੇ ਰეკਮੈਂਡ ਕੀਤਾ ਤੁਸੀਂ ਬਿਨੀਅਰ ਇੰਗਲਿਸ਼ ਜਾ ਕੇ ਲਵਪ੍ਰੀਤ ਸਰ ਨੂੰ ਮਿਲੋ ਔਰ ਸਰ ਨੇ ਸਾਨੂੰ ਬਹੁਤ ਅੱਛਾ ਗਾਈਡ ਕੀਤਾ ਇਸ ਤੋਂ ਪਹਿਲਾਂ ਅਸੀਂ ਕਾਫੀ ਏਜੰਟਸ ਇਦਾਂ ਦੇ ਦੇਖੇ ਜਿਹੜੇ ਕਿ ਪਹਿਲਾਂ ਹੀ ਪੈਸੇ ਮੰਗਦੇ ਪਏ ਸੀ ਬਟ ਲਵਪ੍ਰੀਤ ਸਰ ਨੇ ਇੱਕ ਵੀ ਪੈਸਾ ਸਾਡੇ ਤੋਂ ਪਹਿਲਾਂ ਨਹੀਂ ਲਿਆ ਔਰ ਵੀਜ਼ਾ ਆਉਣ ਤੋਂ ਬਾਅਦ ਹੀ ਉਹਨਾਂ ਨੇ ਪੈਸੇ ਸਾਡੇ ਤੋਂ ਲਏ ਸੋ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੂੰਗੀ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫਰਾਡ ਹੋ ਰਿਹਾ ਹੈ ਜਿਹੜੇ ਕਿ ਏਜੰਟ ਕਾਫੀ ਪੈਸੇ ਮੰਗ ਰਹੇ ਹੈ ਔਰ ਵੀਜ਼ਾ ਨਹੀਂ ਦੇ ਰਹੇ ਪਰ ਤੁਸੀਂ ਜਦੋਂ ਬਿਨ ਯੋਰ ਇੰਗਲਿਸ਼ ਆਉਂਗੇ ਤੁਹਾਨੂੰ ਫੈਮਿਲੀ ਵਾਲੀ ਫੀਲਿੰਗ ਆਉਗੀ ਸਰ ਬ੍ਰਦਰ ਦੇ ਤੌਰ ਤੇ ਗਾਈਡ ਕਰਦੇ ਹੈ ਔਰ ਤੁਹਾਨੂੰ ਬਹੁਤ ਅੱਛੀ ਸੁਜੈਸ਼ਨ ਦਿੰਦੇ ਹੈ ਤੇ ਤੁਸੀਂ ਇੱਥੇ ਆਓ ਇੱਕ ਵਾਰ ਵਿਜ਼ਿਟ ਕਰੋ ਤੁਹਾਨੂੰ ਬਹੁਤ ਹੀ ਅੱਛਾ ਫੀਲ ਹੋਊਗਾ ਤੁਹਾਨੂੰ ਇਹ ਨਹੀਂ ਲੱਗੂਗਾ ਆਪਾਂ ਕਿਸੇ ਏਜੰਟ ਕੋਲ ਆਏ ਆ ਤੁਸੀਂ ਤੁਹਾਨੂੰ ਇਹ ਫੀਲ ਹੋਊਗਾ ਕਿ ਤੁਸੀਂ ਇੱਕ ਬ੍ਰਦਰ ਦੇ ਕੋਲ ਆਏ ਆ ਉਹਨਾਂ ਨੇ ਤੁਹਾਨੂੰ ਸਹੀ ਗਾਈਡ ਕੀਤਾ ਔਰ ਆਪਣਾ ਵੀਜ਼ਾ ਇੱਥੋਂ ਦੀ ਜ਼ਰੂਰ ਲਗਵਾਓ ਔਰ ਮੈਂ ਇਹੀ ਰეკਮੈਂਡ ਕਰੂੰਗੀ ਤੁਸੀਂ ਇੱਕ ਵਾਰ ਜ਼ਰੂਰ ਪਰਸਨਲੀ ਮੈਂ ਕਹਿ ਰਹੀਆਂ ਕਿ ਤੁਸੀਂ ਇੱਕ ਵਾਰ ਆ ਕੇ ਸਰ ਨੂੰ ਮਿਲੋ ਔਰ ਬਹੁਤ ਅੱਛਾ ਫੀਲ ਹੋਊਗਾ ਤੁਹਾਨੂੰ